पंजाब सरकार द्वारा ई गवर्नेंस के तहत लोगों की सुविधा के लिए कई सेवाएं प्रदान की जा रही हैं, जिसके तहत लुधियाना के जिला ट्रांसपोर्ट विभाग की ओर से डीटीओ अनिल कुमार गर्ग की अध्यक्षता में ऑनलाइन लर्निंग लाइसेंस का आवेदन करने की प्रक्रिया की शुरुआत की गई। इस संबंधी जानकारी देते हुए डीटीओ अनिल कुमार गर्ग ने बताया कि ट्रांसपोर्ट विभाग की वेबसाइट पर सारथी सॉफ्टवेयर अपलोड किया गया है, जिसके माध्यम से कोई भी व्यक्ति कहीं से भी लर्निंग लाइसेंस के लिए ऑनलाइन आवेदन कर सकता है। इसे लोगों के समय की बचत होगी और वे एजेंटों के चंगुल से बच सकेंगे। ਇਹਦੇ ਵਿੱਚ ਅਸੀਂ ਲਰਨਿੰਗ ਲਾਇਸੈਂਸ ਦੀ ਐਪਲੀਕੇਸ਼ਨ ਫਾਰਮ ਔਨਲਾਈਨ ਸਬਮਿਟ ਕਰਨ ਦੀ ਅੱਜ ਅਸੀਂ ਸਰਵਿਸਿਜ਼ ਸ਼ੁਰੂ ਕੀਤੀਆਂ ਨੇ। ਉਹਦੇ ਵਿੱਚ ਅਸੀਂ ਫਲੋ ਚਾਰਟ ਬਣਾ ਕੇ ਅਸੀਂ ਸਾਰੀ ਪ੍ਰੈਸ ਨੂੰ ਦਿੱਤਾ ਵੀ ਤਾਂ ਕਿ ਪਬਲਿਕ ਨੂੰ ਸਾਰਾ ਫਲੋ ਚਾਰਟ ਦਿੱਤਾ ਜਾਵੇ, ਪਬਲਿਕ ਆਸਾਨੀ ਨਾਲ ਇਹਨੂੰ ਆਪਦਾ ਫਾਰਮ ਭਰ ਸਕੇ। ਫਲੋ ਚਾਰਟ ਦੇ ਸਭ ਤੋਂ ਪਹਿਲਾਂ ਜਿਹੜੀ ਹੈ sarathi.in ਐਂਡ ਜਾਂ punjabtransport.org ਜਾਂ ludhiana.gov.in ਤਿੰਨੇ ਸਾਈਡ 'ਤੇ ਕਿਸੇ 'ਤੇ ਵੀ ਜਾ ਕੇ ਜਦੋਂ ਬੰਦਾ ਕਲਿੱਕ ਕਰੇਗਾ ਉਹਦੇ 'ਤੇ ਆਪਸ਼ਨ ਖੁੱਲਦੀ ਹੈ ਵੀ ਤੁਸੀਂ ਕੀ ਸਰਵਿਸਿਜ਼ ਕੀ ਲੈਣੀਆਂ ਨੇ। ਉਹ ਸਰਵਿਸਿਜ਼ ਦੇ ਵਿੱਚ ਜਦੋਂ ਅਸੀਂ ਲਰਨਿੰਗ ਲਾਇਸੈਂਸ ਦਾ ਜਾ ਕੇ ਕਲਿੱਕ ਕਰਦੇ ਹਾਂ ਤਾਂ ਲਰਨਿੰਗ ਲਾਇਸੈਂਸ ਦਾ ਇੱਕ ਫਾਰਮ ਖੁੱਲੇਗਾ। ਉਹ ਫਾਰਮ ਭਰ ਕੇ ਬੰਦਾ ਉਹਦਾ ਇੱਕ ਯੂਨੀਕ ਆਈਡੀ ਕੋਡ ਹੋਏਗਾ, ਫਾਰਮ ਭਰ ਕੇ ਉਸ ਤੋਂ ਬਾਅਦ ਉਹ ਫਾਰਮ ਬੰਦਾ ਪ੍ਰਿੰਟ ਕਰ ਲਏਗਾ, ਫਾਰਮ ਪ੍ਰਿੰਟ ਕਰਨ ਤੋਂ ਬਾਅਦ ਫਾਰਮ ਸਬਮਿਟ ਕਰ ਦੂਗਾ। ਸਬਮਿਟ ਕਰਨ ਤੋਂ ਬਾਅਦ ਉਹਨੂੰ ਇੱਕ ਯੂਨੀਕ ਕੋਡ ਮਿਲੇਗਾ, ਐਪਲੀਕੇਸ਼ਨ ਜਿਹੜੀ ਹੈ ਉਹਨੂੰ ਟਰੇਸ ਆਊਟ ਕਰਨ ਪਿੱਛੇ ਉਹ ਯੂਨੀਕ ਆਈਡੀ ਕੋਡ ਜਦੋਂ ਅਸੀਂ ਇਸੇ ਸਾਈਟ 'ਤੇ ਜਾ ਕੇ ਜਵਾਬ ਜਦੋਂ ਜਾਵਾਂਗੇ ਅਸੀਂ ਵੈਬ ਐਪਲੀਕੇਸ਼ਨ ਟਰੇਸ ਆਊਟ 'ਤੇ ਉਹ ਕਰਾਂਗੇ, ਸਰਚ ਕਰਾਂਗੇ ਉਹਦੇ 'ਤੇ ਤੁਸੀਂ ਯੂਨੀਕ ਆਈਡੀ ਕੋਡ ਭਰ ਕੇ ਅਤੇ ਤੁਸੀਂ ਉਹ ਫਾਰਮ ਟਰੇਸ ਆਊਟ ਕਰ ਸਕਦੇ ਹੋ, ਫਾਰਮ ਦਾ ਸਟੇਟਸ ਕੀ ਹੈ ਅਤੇ ਕਿੱਥੇ ਪਿਆ ਉਹ। ਸੋ ਇਸ ਦੇ ਨਾਲ ਤੁਸੀਂ ਫਾਰਮ ਕੋਈ ਵੀ ਬੰਦਾ ਐਪਲੀਕੈਂਟ ਹੈ ਉਹ ਆਪਦਾ ਫਾਰਮ ਘਰੇ ਬੈਠਾ ਆਪ ਭਰ ਸਕਦਾ।